ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਉਸ ਵੀਡੀਓ ਦੇ ਵਿੱਚ ਆਉਣ ਵਾਲੀ ਵਿਪਤਾ ਦਾ ਇਸ ਵੀਰ ਨੇ ਜ਼ਿਕਰ ਕੀਤਾ ਹੈ ਅਜੇਲੇ ਅਜੇ ਤੱਕ ਆਪਾਂ ਨੇ ਕੋਰੋਨਾ ਵਾਇਰਸ ਤੋਂ ਛੁਟਕਾਰਾ ਨਹੀਂ ਪਾਇਆ ਤੇ ਇੱਕ ਹੋਰ ਵਿਪਤਾ ਜਿਹੜੀ ਹੈ ਉਹ ਆ ਗਈ ਹੈ ਉਸ ਵਾਇਰਸ ਦਾ ਨਾਮ ਹੈ ਕਾਵਾਸਾਕੀ ਵਾਇਰਸ ਉਸ ਵਾਇਰਸ ਦੇ ਵਿੱਚ ਸਿਰ ਤਾ ਸਿਰਫ ਤਕਰੀਬਨ ਬਹੁਤ ਸਾਰੇ ਕੰਟਰੀਆਂ ਦੇ ਜਿਹੜੇ ਬੱਚੇ ਨੇ ਉਹ ਸ਼ਿਕਾਰ ਹੁੰਦੇ ਜਾ ਰਹੇ ਨੇ ਔਰ ਸਾਡੇ ਬੱਚੇ ਇਸ ਵਾਇਰਸ ਦੀ ਚਪੇਟ ਦੇ ਵਿੱਚ ਨਾ ਆਉਣ ਸਾਨੂੰ ਇਸ ਵੀਡੀਓ ਨੂੰ ਜ਼ਰੂਰ ਸੁਣਨਾ ਚਾਹੀਦਾ ਹੈ ਔਰ ਬੱਚਿਆਂ ਦਾ ਖਿਆਲ ਰੱਖਣਾ ਚਾਹੀਦਾ ਹੈ ਔਰ ਇਸ ਵੀਡੀਓ ਦੇ ਵਿੱਚ ਇਸ ਵੀਰ ਨੇ ਹੋਰ ਕੀ ਕਿਹਾ ਤੁਸੀਂ ਵੀ ਸੁਣ ਸਕਦੇ ਹੋ ਇੱਕ ਨਵਾਂ ਵਾਇਰਸ ਪੈਰਿਸ ਦੇ ਵਿੱਚ ਫੈਲ ਰਿਹਾ ਹੈ ਬੱਚਿਆਂ ਦੇ ਵਿੱਚ ਪਾਏ ਗਏ ਨੇ ਲੱਛਣ ਉਹਦੇ 20 ਬੱਚੇ ਹਸਪੀਟਲ ਦੇ ਵਿੱਚ ਐਡਮਿਟ ਹੋ ਚੁੱਕੇ ਨੇ ਵਾਇਰਸ ਦਾ ਨਾਮ ਹੈਗਾ ਯਾ ਕਾਵਸਾਕੀ ਅਜੇ ਕੋਰੋਨਾ ਵਾਇਰਸ ਦਾ ਖਹਿਣਾ ਛੁੱਟਿਆ ਨਹੀਂ ਸੀਗਾ ਤੇ ਆਹ ਨਵਾਂ ਵਾਇਰਸ ਹੈਗਾ ਕੋਰੋਨਾ ਵਾਇਰਸ ਵਾਰੀ ਮੈਂ ਰੌਲਾ ਪਾਉਂਦਾ ਸੀਗਾ ਬੰਦੇ ਕਹਿੰਦੇ ਯਾਰ ਇਹ ਬੰਦਾ ਰੋਲਾ ਹੀ ਪਾਈ ਜਾਂਦਾ ਰੋਲੇ ਪਾਈ ਜਾਂਦਾ ਹੁਣ ਆਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਨਾ ਮੈਂ ਦੱਸਣ ਲੱਗਾ ਡਿਟੇਲ ਲੱਛਣੇ ਤੇ ਇਹ ਆ ਸਰੀਰ ਦੇ ਉੱਪਰ ਲਾਲ ਰੰਗ ਦੇ ਧੱਫੜ ਸਾਹ ਲੈਣ ਦੇ ਵਿੱਚ ਪ੍ਰੋਬਲਮ ਤੇਜ਼ ਬੁਖਾਰ ਪੇਟ ਦਰਦ ਨਾੜੀਆਂ ਸੁੱਜੀਆਂ ਦੀਆਂ ਨੇ 20 ਬੱਚੇ ਫਰਾਂਸ ਦੇ ਵਿੱਚ ਨੇ 6 ਕੰਟਰੀਆਂ ਦੇ ਵਿੱਚ 100 ਬੱਚਾ ਹੋ ਚੁੱਕਿਆ ਆ ਇਟਲੀ ਸਪੇਨ ਜਰਮਨ ਸਵਿਟੇਰਲੈਂਡ ਫਰਾਂਸ ਬੈਲਜੀਅਮ ਅਮਰੀਕਾ ਇਹਨਾਂ ਕੰਟਰੀਆਂ ਵਿੱਚ 100 ਬੱਚੇ ਹੋ ਚੁੱਕੇ ਨੇ ਆਪੋ ਆਪਣੇ ਬੱਚਿਆਂ ਦਾ ਖਿਆਲ ਰੱਖੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਆਦਾਂ ਗੰਨਮਲ ਸ਼ੇਅਰ ਕਰ ਦਿਓ ਆਹ ਕੰਮ ਵਾਲੀ ਵੀਡੀਓ ਆਪੋ ਆਪਣੇ ਬੱਚਿਆਂ ਦਾ ਖਿਆਲ ਰੱਖੋ ਕਵਾ ਸਖੀ ਨਾਂ ਦਾ ਵਾਇਰਸ ਤੁਸੀਂ ਸਰਚ ਕਰ ਸਕਦੇ ਹੋ ਗੂਗਲ ਦੇ ਉੱਪਰ ਤੇ ਦਿਲ ਦੇ ਬਟਨ ਤੇ ਕਲਿੱਕ ਕਰਕੇ ਵੀਡੀਓ ਸਾਰੇ ਪਾਸੇ ਫਲਾ ਦਿਓ